ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਔਨਲਾਈਨ ਮੈਥ ਅਤੇ ਦੋਸਤੋ ਅੱਜ ਆਪਾਂ ਡਿਸਕਸ ਕਰਨਾ ਹੈ ਕਿ ਐਲਸੀਅਮ ਕਿਸੇ ਨੰਬਰਾਂ ਦਾ ਆਪਾਂ ਸ਼ੋਰਟ ਦੇ ਵਿੱਚ ਕਿਵੇਂ ਕੱਢਣਾ ਹੈ। ਦੋਸਤੋ ਸਭ ਤੋਂ ਪਹਿਲਾਂ ਐਲਸੀਅਮ ਦੇਖੀਏ। ਐਲਸੀਅਮ ਆਪਣੇ ਕੋਲ ਹੁੰਦਾ ਹੈ ਲੀਸਟ ਕੋਮਨ ਮਲਟੀਪਲ। ਐਲਸੀਅਮ ਹੈ ਲੀਸਟ ਕੋਮਨ ਮਲਟੀਪਲ, ਇਹਦਾ ਮਤਲਬ ਇਹ ਬਣਦਾ ਹੈ ਕਿ ਸਭ ਤੋਂ ਛੋਟਾ ਨੰਬਰ ਜਿਹੜਾ ਕੋਮਨ ਹੋਣਾ ਚਾਹੀਦਾ ਕਿਹਦੇ 'ਚ, ਮਲਟੀਪਲ ਦੇ 'ਚ। ਮੰਨ ਲਓ ਆਪਾਂ ਐਗਜ਼ਾਮਪਲ ਲੈ ਲਈਏ, ਇੱਕ 4 ਅਤੇ 6 ਦੋ ਨੰਬਰ ਲੈ ਲਏ, ਇਹਨਾਂ ਦਾ ਆਪਾਂ ਐਲਸੀਅਮ ਫਾਈਂਡ ਕਰਨਾ ਹੈ। ਤਾਂ ਆਪਾਂ ਕੀ ਕਰਾਂਗੇ, 4 ਅਤੇ 6 'ਤੇ ਮਲਟੀਪਲਸ ਲਿਖ ਲਾਂਗੇ। ਉਸ ਤੋਂ ਬਾਅਦ ਆਪਾਂ ਕੀ ਕਰਾਂਗੇ, ਉਹਨਾਂ ਦਾ ਕੋਮਨ ਮਲਟੀਪਲ ਦੇਖਾਂਗੇ ਜਿਹੜਾ ਸਭ ਤੋਂ ਛੋਟਾ ਬੰਦਾ ਹੋਏ। ਠੀਕ ਹੈ, ਤਾਂ 4 ਦੇ ਮਲਟੀਪਲ ਕਿਹੜੇ ਕਿਹੜੇ ਆ, 4, 8, 12 ਐਂਡ ਸੋ ਔਨ, ਐਂਡ 6 ਦੇ ਮਲਟੀਪਲ 6, 12, 18 ਐਂਡ ਸੋ ਔਨ। ਤਾਂ ਸਭ ਤੋਂ ਛੋਟਾ ਕੋਮਨ ਮਲਟੀਪਲ ਆਪਣੇ ਕੋਲ ਕਿਹੜਾ ਆ ਗਿਆ, 12। 12 ਜਿਹੜਾ ਸਭ ਤੋਂ ਛੋਟਾ ਨੰਬਰ ਹੈ ਜਿਹੜਾ 6 ਅਤੇ 4 ਦੇ ਟੇਬਲ 'ਚ ਆਉਂਦਾ। ਇਟ ਮੀਨਸ 12 ਇਜ਼ ਲੀਸਟ ਕਾਮਨ ਮਲਟੀਪਲ ਆਫ 4 ਐਂਡ 6, ਮੀਨਸ ਐਲਸੀਅਮ ਆਫ 4 ਐਂਡ 6 ਇਜ਼ 12। ਦੋਸਤੋ ਐਲਸੀਅਮ ਕੱਢਣ ਲੱਗੇ ਆਪਾਂ ਨੂੰ ਬਹੁਤ ਹੀ ਜ਼ਿਆਦਾ ਟਾਈਮ ਲੱਗ ਜਾਂਦਾ ਹੈ। ਐਲਸੀਅਮ ਆਪਾਂ ਸ਼ੋਰਟ ਦੇ ਵਿੱਚ ਕਿਵੇਂ ਕੱਢਣਾ ਉਹ ਮੈਂ ਅੱਜ ਤੁਹਾਨੂੰ ਦੱਸੂੰਗਾ। ਬਹੁਤ ਹੀ ਸੌਖੀ ਟ੍ਰਿਕ ਹੈ, ਬਹੁਤ ਜਲਦੀ ਸਮਝ ਆ ਜੂ। ਠੀਕ ਹੈ, ਮੰਨ ਲਓ ਆਪਾਂ ਐਲਸੀਅਮ ਫਾਈਂਡ ਕਰਨਾ ਹੈ 3 ਅਤੇ 6 ਦਾ। ਠੀਕ ਹੈ, ਤਾਂ ਤੁਸੀਂ ਕੀ ਕਰਨਾ, ਸਭ ਤੋਂ ਪਹਿਲਾਂ ਜਿਹੜੇ ਨੰਬਰਾਂ ਦਾ ਐਲਸੀਅਮ ਫਾਈਂਡ ਕਰਨਾ ਉਹਨਾਂ ਨੂੰ ਅਸੈਂਡਿੰਗ ਆਰਡਰ ਦੇ ਵਿੱਚ ਲਿਖ ਲੈਣਾ। ਅਸੈਂਡਿੰਗ ਆਰਡਰ ਦੇ ਵਿੱਚ ਲਿਖਣ ਤੋਂ ਬਾਅਦ ਤੁਸੀਂ ਕੀ ਦੇਖਣਾ ਕਿ ਲੈਫਟ ਵਾਲਾ ਨੰਬਰ ਰਾਈਟ ਵਾਲੇ ਨੰਬਰ ਨੂੰ ਡਿਵਾਈਡ ਕਰਦਾ ਕਿ ਨਹੀਂ ਕਰਦਾ। 6 ਹੈ ਜਿਹੜਾ ਉਹ 6 ਨੂੰ 3 ਹੈ ਜਿਹੜਾ ਉਹ ਡਿਵਾਈਡ ਕਰਦਾ, ਮੀਨਸ 3 ਦੇ ਟੇਬਲ 'ਚ 6 ਆਉਂਦਾ। ਇਟ ਮੀਨਸ ਇਹਨਾਂ ਦੋਨਾਂ ਦਾ ਨੰਬਰਾਂ ਦਾ ਜਿਹੜਾ ਐਲਸੀਅਮ ਹੈ ਉਹ ਆਪਣੇ ਕੋਲ ਕੀ ਹੋਜੂਗਾ, 6 ਹੋਜੂਗਾ। ਠੀਕ ਹੈ, ਦੇਖੋ ਨੈਕਸਟ 7 ਅਤੇ 14, ਇਹ ਬਹੁਤ ਹੀ ਸੌਖੀਆਂ ਐਗਜ਼ਾਮਪਲਾਂ ਦੋ ਜਿਹੜੀਆਂ ਮੈਂ ਫਸਟ ਲਿਖੀਆਂ ਹੋਈਆਂ, 7 ਐਂਡ 14, ਇਹਨਾਂ ਦਾ ਆਪਾਂ ਐਲਸੀਅਮ ਫਾਈਂਡ ਕਰਨਾ। ਤਾਂ ਮੈਂ ਕੀ ਕਰੂੰਗਾ, ਦੇਖੂੰਗਾ ਲੈਫਟ ਵਾਲਾ ਨੰਬਰ ਹੈ ਜਿਹੜਾ ਰਾਈਟ ਵਾਲੇ ਨੰਬਰ ਨੂੰ ਡਿਵਾਈਡ ਕਰਦਾ ਕਿ ਨਹੀਂ ਕਰਦਾ। ਤਾਂ 14 ਹੈ ਜਿਹੜਾ ਉਹ 7 ਦੇ ਟੇਬਲ ਦੇ ਵਿੱਚ ਆਉਂਦਾ। ਠੀਕ ਹੈ, ਤਾਂ ਇਹਦਾ ਮਤਲਬ ਇਹਨਾਂ ਦਾ ਐਲਸੀਅਮ ਕੀ ਹੈ, 14। ਦੋਸਤੋ ਇਹ ਤਾਂ ਸੀਗੇ ਆਪਣੇ ਕੋਲ ਦੋ ਨੰਬਰ ਜਿਹਨਾਂ ਦਾ ਆਪਾਂ ਐਲਸੀਅਮ ਫਾਈਂਡ ਕੀਤਾ। ਕਈ ਵਾਰ ਆਪਣੇ ਕੋਲ ਨੰਬਰ 3 ਹੁੰਦੇ ਆ ਜਿਹਨਾਂ ਦਾ ਆਪਾਂ ਐਲਸੀਅਮ ਫਾਈਂਡ ਕਰਨਾ ਹੁੰਦਾ, ਤਾਂ ਉਹ ਵੀ ਕੋਈ ਔਖਾ ਕੰਮ ਨਹੀਂ ਹੈ। ਮੰਨ ਲਓ ਆਪਾਂ 3, 6 ਅਤੇ 4 ਦਾ ਐਲਸੀਅਮ ਫਾਈਂਡ ਕਰਨਾ, ਤਾਂ ਤੁਸੀਂ ਕੀ ਕਰਨਾ, ਸਭ ਤੋਂ ਪਹਿਲਾਂ ਇਹਨਾਂ ਨੂੰ ਅਸੈਂਡਿੰਗ ਆਰਡਰ ਦੇ ਵਿੱਚ ਲਿਖ ਲੈਣਾ, ਮਤਲਬ 3, 4, 6। ਉਸ ਤੋਂ ਬਾਅਦ ਤੁਸੀਂ ਕੀ ਕਰਨਾ ਕਿ ਦੇਖਣਾ ਆਹ ਨੰਬਰ ਹੈ ਜਿਹੜੇ ਸਭ ਤੋਂ ਗ੍ਰੇਟੈਸਟ ਨੰਬਰ ਨੂੰ, ਗ੍ਰੇਟੈਸਟ ਨੰਬਰ ਇਹਨਾਂ ਜੋ ਕਿਹੜਾ 6, ਉਹਨੂੰ ਡਿਵਾਈਡ ਕਰ ਰਹੇ ਕਿ ਨਹੀਂ ਕਰ ਰਹੇ। ਤਾਂ 3 ਦਾ ਦੇਖੋ ਇਹਨੂੰ ਡਿਵਾਈਡ ਕਰ ਰਿਹਾ, ਬਟ 4 ਹੈ ਜਿਹੜਾ ਇਹਨੂੰ ਡਿਵਾਈਡ ਨਹੀਂ ਕਰ ਰਿਹਾ। ਤਾਂ ਤੁਸੀਂ ਕੀ ਕਰਨਾ, ਗ੍ਰੇਟਰ ਨੰਬਰ ਦਾ ਨੈਕਸਟ ਮਲਟੀਪਲ ਲਿਖ ਲੈਣਾ। 6 ਦਾ ਨੈਕਸਟ ਮਲਟੀਪਲ 12। ਹੁਣ ਦੇਖੋ 3 ਹੈ ਜਿਹੜਾ ਇਹਨੂੰ ਡਿਵਾਈਡ ਕਰ ਰਿਹਾ, 4 ਵੀ ਇਹਨੂੰ ਡਿਵਾਈਡ ਕਰ ਰਿਹਾ। ਇਟ ਮੀਨਸ ਦੋਨੋਂ ਅਗਰ ਨੰਬਰ ਡਿਵਾਈਡ ਕਰ ਗਏ, ਇਟ ਮੀਨਸ ਐਲਸੀਅਮ ਆਫ 3, 4 ਐਂਡ 6 ਇਜ਼ 12 ਆਂਸਰ ਆ ਗਿਆ। ਤਾਂ ਇੱਕ ਨੰਬਰ ਹੋਰ ਦੇਖੋ, ਮੰਨ ਲਓ ਆਪਾਂ ਨੰਬਰ ਦਾ ਮਲਟੀਪਲ ਫਾਈਂਡ ਕਰਨਾ ਹੈ 6, 18 ਅਤੇ 12 ਦਾ। ਠੀਕ ਹੈ, ਇਹ ਵੀ ਆਪਣੇ ਕੋਲ 3 ਨੰਬਰ ਹੈ ਜਿਹਨਾਂ ਦਾ ਐਲਸੀਅਮ ਫਾਈਂਡ ਕਰਕੇ ਦਿਖਾਵਾਂਗੇ। ਤਾਂ ਤੁਸੀਂ ਕੀ ਕਰਨਾ, ਇਹਨਾਂ ਨੂੰ ਪਹਿਲਾਂ ਅਸੈਂਡਿੰਗ ਆਰਡਰ ਦੇ ਵਿੱਚ ਲਿਖ ਲੈਣਾ, ਮੀਨਸ 6, 12 ਅਤੇ 18। ਹੁਣ ਤੁਸੀਂ ਕੀ ਦੇਖਣਾ ਕਿ ਗ੍ਰੇਟਰ ਨੰਬਰ ਨੂੰ ਇਹ ਡਿਵਾਈਡ ਕਰਦੇ ਕਿ ਨਹੀਂ, ਕਿਹੜੇ ਲੈਫਟ ਵਾਲੇ ਦੋ ਨੰਬਰ। ਠੀਕ ਹੈ, 6, 18 ਨੂੰ ਡਿਵਾਈਡ ਕਰ ਰਿਹਾ, ਯੈਸ, ਬਟ 12 ਜਿਹੜਾ ਉਹ 18 ਨੂੰ ਡਿਵਾਈਡ ਨਹੀਂ ਕਰਦਾ। ਠੀਕ ਹੈ, ਇਟ ਮੀਨਸ ਤੁਸੀਂ ਕੀ ਕਰਨਾ, ਗ੍ਰੇਟਰ ਨੰਬਰ ਦਾ ਨੈਕਸਟ ਮਲਟੀਪਲ ਲਿਖ ਲੈਣਾ। ਤਾਂ 18 ਦਾ ਨੈਕਸਟ ਮਲਟੀਪਲ ਆਪਣੇ ਕੋਲ ਕਿਹੜਾ ਆ ਗਿਆ, 36। ਤਾਂ ਹੁਣ ਦੇਖੋ 6 ਜਿਹੜਾ 36 ਨੂੰ ਡਿਵਾਈਡ ਕਰ ਰਿਹਾ, ਆਲਸੋ 12 ਡਿਵਾਈਡਸ 36, ਇਟ ਮੀਨਸ ਐਲਸੀਅਮ ਆਫ 6, 12 ਐਂਡ 18 ਇਜ਼ 30। ਮੰਨ ਲਓ ਤੁਸੀਂ ਐਲਸੀਅਮ ਫਾਈਂਡ ਕਰਨਾ 8, 20 ਅਤੇ 16 ਦਾ। ਇਹ ਮੈਂ ਸਭ ਤੋਂ ਪਹਿਲਾਂ ਹੁਣ ਤੁਹਾਨੂੰ ਫਾਈਂਡ ਕਰਕੇ ਦਿਖਾਊਂਗਾ। ਮੰਨ ਲਓ ਤੁਸੀਂ 8, 16 ਅਤੇ 20 ਦਾ ਐਲਸੀਅਮ ਫਾਈਂਡ ਕਰਨਾ, ਸਭ ਤੋਂ ਪਹਿਲਾਂ ਇਹਨਾਂ ਨੂੰ ਅਸੈਂਡਿੰਗ ਆਰਡਰ ਚਲਾ ਲਓ। ਤਾਂ ਤੁਸੀਂ ਕੀ ਦੇਖਣਾ, ਗ੍ਰੇਟਰ ਨੰਬਰ ਹੈ ਇਹਨਾਂ ਦਾ ਮਲਟੀਪਲ ਬਣਦਾ ਕਿ ਨਹੀਂ ਬਣਦਾ। ਤਾਂ 20 ਹੈ ਜਿਹੜਾ 8 'ਤੇ ਡਿਵਾਈਡ ਨਹੀਂ ਹੋ ਰਿਹਾ, ਇਟ ਮੀਨਸ ਤੁਸੀਂ ਕੀ ਕਰਨਾ, ਇਹਦਾ ਨੈਕਸਟ ਮਲਟੀਪਲ ਲਿਖ ਲੈਣਾ, 20 ਦਾ ਨੈਕਸਟ ਮਲਟੀਪਲ 40। ਤਾਂ ਦੁਬਾਰਾ ਦੇਖੋ, 8 ਆ ਜਿਹੜਾ 14 ਡਿਵਾਈਡ ਕਰ ਰਿਹਾ, ਬਟ ਹੁਣ 16 ਆ ਜਿਹੜਾ ਉਹ 40 ਨੂੰ ਡਿਵਾਈਡ ਨਹੀਂ ਕਰ ਰਿਹਾ। ਤਾਂ ਤੁਸੀਂ ਕੀ ਕਰਨਾ, ਇਹਦਾ 3rd ਮਲਟੀਪਲ ਲਿਖ ਲੈਣਾ। 20 ਦਾ 3rd ਮਲਟੀਪਲ ਆਪਣੇ ਕੋਲ ਕਿਹੜਾ ਆ ਗਿਆ, 60। ਠੀਕ ਹੈ, 60 ਨੂੰ ਹੁਣ 8 ਆ ਜਿਹੜਾ ਉਹ ਵੀ ਨਹੀਂ ਡਿਵਾਈਡ ਕਰ ਰਿਹਾ, ਨਾ ਹੀ 16 ਡਿਵਾਈਡ ਕਰ ਰਿਹਾ। ਇਟ ਮੀਨਸ ਤੁਸੀਂ ਇਹਦਾ 4th ਮਲਟੀਪਲ ਲਿਖ ਲੈਣਾ, ਮੀਨਸ 80। ਹੁਣ ਦੇਖੋ 8 ਆ ਜਿਹੜਾ ਉਹ 18 ਡਿਵਾਈਡ ਕਰ ਰਿਹਾ। ਠੀਕ ਹੈ, ਆਲਸੋ ਜਿਹੜਾ 16 ਹੈ ਉਹ ਵੀ 18 ਡਿਵਾਈਡ ਕਰ ਰਿਹਾ। ਇਟ ਮੀਨਸ ਐਲਸੀਅਮ ਆਫ 8, 16 ਐਂਡ 20 ਇਜ਼ 80। ਤਾਂ ਕਈ ਵਾਰ ਆਪਣੇ ਕੋਲ ਨੰਬਰ ਇਹੋ ਜਿਹੇ ਹੁੰਦੇ ਜਿਨ੍ਹਾਂ ਦਾ ਕਾਮਨ ਫੈਕਟਰ ਹੈ ਜਿਹੜਾ ਉਹ ਇਕੱਲਾ 1 ਹੀ ਬਣਦਾ ਹੈ। ਤਾਂ ਉਹਨਾਂ ਦਾ ਅਗਰ ਆਪਾਂ ਐਲਸੀਅਮ ਫਾਈਂਡ ਕਰਨਾ ਹੋਵੇ, ਮੰਨ ਲਓ ਆਪਣੇ ਕੋਲ ਐਗਜ਼ਾਮਪਲ ਆ ਜਾਏ 3 ਐਂਡ 5, ਇਹਨਾਂ ਦਾ ਜਿਹੜਾ ਕਾਮਨ ਫੈਕਟਰ ਹੈ ਉਹ 1 ਹੀ ਹੈ, ਮੀਨਸ 1 ਹੀ ਇਹੋ ਜਿਹਾ ਨੰਬਰ ਹੈ ਜਿਹੜਾ ਇਹਨਾਂ ਨੂੰ ਦੋਨਾਂ ਨੂੰ ਡਿਵਾਈਡ ਕਰ ਰਿਹਾ। ਠੀਕ ਹੈ, ਤਾਂ ਇਹਨਾਂ ਦਾ ਜਿਹੜਾ ਐਲਸੀਅਮ ਹੈ ਉਹ ਕੀ ਹੋਊਗੀ, ਇਹਨਾਂ ਦੋਨਾਂ ਦੀ ਮਲਟੀਪਲੀਕੇਸ਼ਨ ਹੋ ਜੂਗੀ, ਮੀਨਸ 3 ਮਲਟੀਪਾਈ 5
15 ਇਹਨਾਂ ਦਾ ਐਲਸੀਅਮ ਹੋ ਜੂਗਾ। ਇੱਕ ਹੋਰ ਐਗਜ਼ਾਮਪਲ ਲੈਂਦੇ ਹਾਂ, ਮੰਨ ਲਓ ਤੁਸੀਂ 4 ਅਤੇ 9 ਦਾ ਐਲਸੀਅਮ ਫਾਈਂਡ ਕਰਨਾ, ਤਾਂ ਕਾਮਨ ਫੈਕਟਰ ਅਗਰ ਦੇਖਿਆ ਜਾਵੇ ਇਹਨਾਂ ਦਾ ਓਨਲੀ 1 ਹੀ ਹੈ, ਠੀਕ ਹੈ, ਤਾਂ ਇਹਨਾਂ ਦਾ ਐਲਸੀਅਮ ਵੀ ਕੀ ਹੋ ਜੂਗਾ, 4 ਮਲਟੀਪਲਾਈ 9 36। ਲਾਸਟ ਐਗਜ਼ਾਮਪਲ 3 7 10, ਕਾਮਨ ਫੈਕਟਰ 1, ਦੈਨ ਐਲਸੀਅਮ ਇਜ਼ ਇਕੁਅਲ ਟੂ 3 ਮਲਟੀਪਾਈ 7 ਮਲਟੀਪਾਈ 10, ਆਂਸਰ ਇਜ਼ 210। ਤਾਂ ਜਿਹੜੇ ਵੀ ਨੰਬਰਾਂ ਦਾ ਕਾਮਨ ਫੈਕਟਰ ਇਕੱਲਾ 1 ਹੀ ਬਣਦਾ ਤਾਂ ਉਹਨਾਂ ਦਾ ਐਲਸੀਅਮ ਕੀ ਹੈ, ਉਹਨਾਂ ਦੀ ਮਲਟੀਪਲੀਕੇਸ਼ਨ ਹੋ ਜੂਗੀ। ਦੋਸਤੋ ਇਹ ਸੀਗੀ ਅੱਜ ਦੀ ਆਪਣੀ ਐਲਸੀਅਮ ਫਾਈਂਡ ਕਰਨ ਦੀ ਟ੍ਰਿਕ, ਅਤੇ ਅਗਰ ਤੁਹਾਨੂੰ ਇਹ ਟ੍ਰਿਕ ਵਧੀਆ ਲੱਗੀ ਤਾਂ ਆਪਣਾ ਚੈਨਲ ਸਬਸਕ੍ਰਾਈਬ ਕਰੋ ਅਤੇ ਆਪਣੇ ਫਰੈਂਡਸ ਦੇ ਨਾਲ ਵੀਡੀਓ ਨੂੰ ਸ਼ੇਅਰ ਕਰੋ। ਥੈਂਕ ਯੂ ਸੋ ਮਚ।